ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ 7ਵੀਂ ਕਲਾਸ ਦੇ ਸਮਾਜਿਕ ਵਿਗਿਆਨ ਐਸਐਸਟੀ ਵਿਸ਼ੇ ਦੇ ਇੱਕ ਸੈਂਪਲ ਪੇਪਰ ਨੂੰ ਦੇਖਾਂਗੇ ਜੋ ਤੁਹਾਡੇ ਸਤੰਬਰ ਇਗਜ਼ਾਮ ਲਈ ਹੈ ਜੀ ਤੇ ਵਿਦਿਆਰਥੀਓ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਜੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਜੋ 올 ਦਾ ਨੋਟੀਫਿਕੇਸ਼ਨ ਨੂੰ ਹੈ ਉਸ ਨੂੰ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਆਓ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ ਪਹਿਲਾ ਹੈ ਜੀ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਜਿਸ ਨੂੰ ਸਿਆਲ ਕਿਹਾ ਜਾਂਦਾ ਹੈ ਇਸ ਨੂੰ ਇਸ ਵਿੱਚ ਕਿਹੜੇ ਤੱਤ ਪਾਏ ਜਾਂਦੇ ਹਨ ਤੇ ਇਸ ਦਾ ਆਨਸਰ ਆਏਗਾ ਸਿਲੀਕਨ ਅਤੇ ਐਲੂਮੀਨੀਅਮ ਅਗਲਾ ਕੁਐਸਚਨ ਆਪਣੇ ਕੋਲ ਹੈ ਜੀ 99% ਹਵਾ ਧਰਤੀ ਦੇ ਕਿੰਨੇ ਕਿਲੋਮੀਟਰ ਦੇ ਘੇਰੇ ਵਿੱਚ ਹੁੰਦੀ ਹੈ ਤੋਂ ਹੁੰਦੀ ਹੈ ਜੀ 32 ਕਿਲੋਮੀਟਰ ਦੇ ਘੇਰੇ ਵਿੱਚ ਅਗਲਾ ਹੈ ਜੀ ਉਹ ਕਰਨ ਵਿੱਚ ਇੱਕ ਗੰਭੀਰ ਸਮੱਸਿਆ ਹੈ ਦਰਖਤਾਂ ਦੀ ਅਣੇਵਾਈ ਕਟਾਈ ਕਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਰਹੀ ਹੈ ਦਰਖਤਾਂ ਦੀ ਕਟਾਈ ਤੋਂ ਇਲਾਵਾ ਇਨ੍ਹਾਂ ਵਿੱਚ ਹੋਰ ਕਿਹੜੇ-ਕਿਹੜੇ ਅਜਿਹੇ ਕਾਰਕ ਹਨ ਜਿਨ੍ਹਾਂ ਨੇ ਇਹ ਸਮੱਸਿਆ ਵਧਾਈ ਹੈ ਗੈਰ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਹੱਦੋਂ ਵੱਧ ਪਸ਼ੂ ਚਰਾਇ ਕਰਨਾ ਤੇਜ਼ ਵਰਖਾ ਜਾਂ ਉਪਰੋਕਤ ਸਾਰੇ ਤੇ ਇਸ ਦਾ ਅਨਸਰ ਆਏਗਾ ਜੀ ਉਪਰੋਕਤ ਸਾਰੇ ਅਗਲਾ ਹੈ ਜੀ ਆਪਣੇ ਕੋ ਸਾਡਾ ਵਾਯੂਮੰਡਲ ਵੱਖ-ਵੱਖ ਗੈਸਾਂ ਦੇ ਨਾਲ ਬਣਿਆ ਹੋਇਆ ਹੈ ਪਰ ਇਹ ਇਸ ਵਿੱਚ ਸਾਰੀਆਂ ਜੋ ਗੈਸਾਂ ਹਨ ਬਰਾਬਰ ਮਾਤਰਾ ਵਿੱਚ ਨਹੀਂ ਹਨ ਵਾਯੂਮੰਡਲ ਵਿੱਚ 20.99 ਮਤਲਬ ਆਪਣੇ ਕੋ ਅਪਰੋਕਸੀਮੇਟਲੀ 21% ਹੋ ਗਿਆ 20.99 ਮਤਲਬ 21% ਮਾਤਰਾ ਕਿਹੜੀ ਗੈਸ ਦੀ ਹੈ ਤੇ ਉਹ ਹੈ ਜੀ ਆਪਣੇ ਕੋ ਆਕਸੀਜਨ ਦੀ ਅਗਲਾ ਹੈ ਜੀ ਬਿਜਲੀ ਦਾ ਚਮਕਣਾ ਅਤੇ ਬੱਦਲਾਂ ਦੇ ਗਰਜਣ ਦੀਆਂ ਘਟਨਾਵਾਂ ਹੇਠ ਲਿਖਾਂ ਵਿੱਚੋਂ ਕਿਹੜੇ ਮੰਡਲ ਵਿੱਚ ਵਾਪਰਦੀਆਂ ਹਨ ਤੇ ਉਹ ਵਾਪਰਦੀਆਂ ਹਨ ਸਮਤਾਪ ਮੰਡਲ ਦੇ ਵਿੱਚ ਕਿਸ ਚੀਨੀ ਯਾਤਰੀ ਦੀ ਯਾਤਰਾ ਤੋਂ ਬਾਅਦ ਭਾਰਤ ਨੂੰ ਇੰਟੂ ਕਿਹਾ ਜਾਣ ਲੱਗਾ ਤੇ ਉਹ ਹੈ ਜੀ ਹਿਊਨ ਸੰਗ ਅਗਲਾ ਹੈ ਜੀ ਹੇਠ ਲਿਖਾਂ ਵਿੱਚੋਂ ਕਿਸ ਸਥਾਨ ਤੇ ਮੁਹੰਮਦ ਗਜਨਵੀ ਨੇ ਹਮਲਾ ਨਹੀਂ ਕੀਤਾ ਤੇ ਉਹ ਹੈ ਜੀ ਕਨੌਜ ਮਹਾਬਲੀਪੁਰਮ ਵਿੱਚ ਸ਼ੋਰ ਮੰਦਰ ਵਿੱਚ ਅਤੇ ਰਥ ਮੰਦਰ ਕਿਹੜੇ ਵੰਸ਼ਕਾਂ ਦੇ ਸ਼ਾਸਕਾਂ ਦੁਆਰਾ ਬਣਾਏ ਗਏ ਪੱਲਵਾਂ ਦੁਆਰਾ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਫਿਰੋਜ਼ ਸ਼ਾ ਤੁਗਲਕ ਨੇ ਵਸਾਇਆ ਸੀ ਤੇ ਉਹ ਸੀ ਫਿਰੋਜ਼ਾਬਾਦ। ਅਗਲਾ ਕੁਸ਼ਣ ਆਪਣੇ ਕੋ ਹੈ ਜੀ। ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ ਤੇ ਉਹ ਸੀ ਅਕਬਰ। ਸੋ ਅਗਲਾ ਕੁਸ਼ਣ ਹੈ ਜੀ। ਕੁੱਤਬ ਮੀਨਾਰ ਦੀ ਉਚਾਈ 70 ਮੀਟਰ ਹੈ ਅਤੇ ਇਸ ਦੀਆਂ 5 ਮੰਜ਼ਿਲਾ ਹਨ ਇਸ ਦੀ ਉਸਾਰੀ ਕਿਸ ਦੁਆਰਾ ਸ਼ੁਰੂ ਕੀਤੀ ਗਈ ਹੈ ਤੇ ਉਹ ਹੈ ਜੀ ਕੁੱਤਬਦੀਨ ਐਬਕ ਦੁਆਰਾ ਲੋਕਤੰਤਰੀ ਸਰਕਾਰ ਦੀ ਲੋਕਾਂ ਲਈ ਲੋਕਾਂ ਦੁਆਰਾ ਇਹ ਕਿਸਨ ਕਿਸ ਨੇ ਕਿਹਾ ਸਨ ਇਬਰਾਹਿਮ ਲਿੰਕਨ ਨੇ ਜੀ ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਲੋਕਤੰਤਰੀ ਸਰਕਾਰ ਨੂੰ ਅਗਲਾ ਹੈ ਜੀ ਆਪਣੇ ਕੋ ਭਾਰਤ ਵਿੱਚ ਬਾਲਗ ਹੋਣ ਦੀ ਉਮਰ ਕਿੰਨੀ ਹੈ ਜੀ 18 ਸਾਲ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲੀ ਕੀਤੀ ਜਾਂਦੀ ਹੈ 5 ਸਾਲ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਹੋਈ 1920 ਦੇ ਵਿੱਚ ਤੇ ਆਓ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ ਅਗਲਾ ਹੈ ਜੀ ਆਪਣੇ ਕੋ ਵਾਤਾਵਰਨ ਨੂੰ ਡੈਸ਼ ਮੰਡਲਾਂ ਵਿੱਚ ਵੰਡਿਆ ਗਿਆ ਹੈ ਤੇ ਇਸ ਦਾ ਆਨਸਰ ਆ ਜਾਏਗਾ ਜੀ ਤਿੰਨ ਮੰਡਲ ਤੇ ਉਹ ਕਿਹੜੇ ਹੁੰਦੇ ਹਨ ਜੀ ਵਾਯੂ ਮੰਡਲ ਥਲ ਮੰਡਲ ਤੇ ਜਲ ਮੰਡਲ ਅਗਲਾ ਹੈ ਜੀ ਧਰਤੀ ਦੇ ਕਿੰਨੇ ਖੋਲ ਇੱਥੇ ਕੋਲ ਲਿਖਿਆ ਬਟ ਇੱਥੇ ਹੈ ਨਾ ਖੋਲ ਧਰਤੀ ਦੇ ਕਿੰਨੇ ਖੋਲ ਹੁੰਦੇ ਹਨ ਇਹਨਾਂ ਦੇ ਨਾਮ ਦੱਸਨੇ ਹਨ ਇਸ ਦੇ ਵਿੱਚ ਵੀ ਆਪਣੇ ਕੋਲ ਤਿੰਨ ਖੋਲ ਹੁੰਦੇ ਹਨ ਜੀ ਤਿੰਨਾਂ ਦੇ ਆਪਾਂ ਨਾਮ ਲਿਖ ਲੈਣੇ ਹਨ ਇੱਕ ਹੁੰਦਾ ਜੀ ਥਲ ਮੰਡਲ ਫਿਰ ਮੈਂਟਲ ਤੇ ਸਭ ਤੋਂ ਸੈਂਟਰ ਵਿੱਚ ਹੁੰਦਾ ਕੇਂਦਰੀ ਭਾਗ ਤੇ ਆਓ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਬਾਜੂ ਮੰਡਲ ਦੀਆਂ ਤਹਾਂ ਦੇ ਨਾਮ ਲਿਖੋ ਆਪਣੇ ਕੋਲ ਬਾਜੂ ਮੰਡਲ ਦੀਆਂ ਤਹਾਂ ਦੇ ਨਾਮ ਲਿਖਣੇ ਹਨ ਜੀ ਬਾਜੂ ਮੰਡਲ ਦੀਆਂ ਚਾਰ ਮੁੱਖ ਤਹਾਂ ਹਨ ਜੀ ਅਸ਼ਾਂਤੀ ਮੰਡਲ ਸਮਤਾਪ ਮੰਡਲ ਮੱਧ ਵਰਤੀ ਮੰਡਲ ਤੇ ਟਾਪ ਮੰਡਲ ਅਗਲਾ ਕੁਸ਼ਣ ਹੈ ਜੀ ਵਾਜੂ ਮੰਡਲ ਕਿਸ ਨੂੰ ਕਹਿੰਦੇ ਹਨ ਧਰਤੀ ਦੇ ਆਲੇ-ਦੁਆਲੇ ਸੈਂਕੜੇ ਕਿਲੋਮੀਟਰ ਦੀ ਉਚਾਈ ਤੱਕ ਹਵਾ ਦਾ ਇੱਕ ਘੇਰਾ ਜਾਂ ਗੁਲਾਫ ਬਣਿਆ ਹੋਇਆ ਹੈ ਇਸ ਘੇਰੇ ਨੂੰ ਵਾਜੂ ਮੰਡਲ ਕਹਿੰਦੇ ਹਨ ਜੀ ਇੱਥੇ ਤੱਕ ਹੀ ਤੁਸੀ ਲਿਖਣਾ ਹੈ ਜੀ ਵਾਜੂ ਮੰਡਲ ਠੀਕ ਹੈ ਜੀ ਤੇ ਜੇ ਅਗਲਾ ਵੀ ਲਿਖਣਾ ਚਾਹੁੰਦੇ ਹੋ ਤਾਂ ਲਿਖ ਸਕਦੇ ਹੋ ਧਰਤੀ ਤੋਂ ਵਾਜੂ ਮੰਡਲ ਦੀ ਉਚਾਈ 1600 ਕਿਲੋਮੀਟਰ ਹੈ ਪਰੰਤੂ 99% ਹਵਾ ਸਿਰਫ 32 ਕਿਲੋਮੀਟਰ ਦੀ ਉਚਾਈ ਤੱਕ ਹੀ ਮਿਲਦੀ ਹੈ ਇਸ ਤੋਂ ਜ਼ਿਆਦਾ ਉਚਾਈ ਤੇ ਹਵਾ ਘੱਟ ਵਿਰਲ ਹੈ ਜੀ। ਹੁਣ ਇਹ ਆਪਾਂ ਦੋਨੋਂ ਹੀ ਕੁਐਸਚਨਸ ਕਰ ਲਏ ਹਾਂ ਜੀ ਇਹ ਵਾਲੇ। ਅੱਗੇ ਹੈ ਜੀ ਮਹਿਰਪੋਜ ਡੈਸ਼ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀ ਤੇ ਇਸ ਦਾ ਆਨਸਰ ਆਏਗਾ ਜੀ ਪ੍ਰਤੀਹਾਰ। ਪ੍ਰਤੀਹਾਰ ਵੰਸ਼। ਮਦੁਰਾਈ ਚੋਲ ਰਾਜ ਦੀ ਸ਼ਾਸਕਾਂ ਦੀ ਰਾਜਧਾਨੀ ਸੀ ਤੇ ਇਹ ਆਪਣੇ ਕੋਲ ਹੈ ਜੀ ਗਲਤ। ਉਤਰੀ ਭਾਰਤ ਦੇ ਪ੍ਰਮੁੱਖ ਮੰਦਰ ਕਿਹੜੇ ਹਨ ਤੇ ਇਹਨਾਂ ਦਾ ਆਨਸਰ ਆਪਾਂ ਦੇਖਦੇ ਹਾਂ ਜੀ ਉਤਰੀ ਭਾਰਤ ਦੇ ਪ੍ਰਮੁੱਖ ਮੰਦਰ ਤੁਸੀਂ ਇੱਥੋਂ ਅਨਸਰ ਸਟਾਰਟ ਕਰ ਦੇਣਾ ਹੈ ਜੀ ਜਗਨਨਾਥ ਪੂਰੀ ਦਾ ਵਿਸ਼ਨੂ ਮੰਦਰ ਭੁਵਨੇਸ਼ਵਰ ਦਾ ਲਿੰਗਰਾਜ ਮੰਦਰ ਕੋਨਾਕ ਦਾ ਸੂਰਜ ਮੰਦਰ ਤੇ ਮਾਊਂਟ ਆਬੂ ਦਾ ਤੇਜਪਾਲ ਮੰਦਰ ਦਾ ਕੁਸ਼ਨ ਹੈ ਜੀ ਅੰਮ੍ਰਿਤਸਰ ਸਾਹਿਬ ਦੀ ਨੀ ਕਿਸ ਗੁਰੂ ਸਹਿਬਾਨ ਨੇ ਅਤੇ ਕਦੋਂ ਰੱਖੀ ਤੇ ਇਹ ਜੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ 1577 ਈਸਵੀ ਵਿੱਚ ਰੱਖੀ। ਸੁਣ ਅਗਲਾ ਕੁਸ਼ਨ ਆਪਣੇ ਕੋਲ ਹੈ ਜੀ। ਡੈਸ਼ ਦੇਸ਼ ਦੀ ਦੇਸ਼ ਹੀ ਅਜਿਹਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ। ਤੇ ਇਸ ਵਿੱਚ ਆ ਜਾਏਗਾ ਜੀ ਸਵਿਟਜ਼ਰਲੈਂਡ। ਅਗ ਹੈ ਜੀ ਲੋਕਤੰਤਰ ਸਰਕਾਰ ਤੋਂ ਕੀ ਭਾਵ ਹੈ? ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਸਰਕਾਰ ਹੁੰਦੀ ਹੈ ਜੀ। ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਕਿਸ ਨੂੰ ਹੁੰਦਾ ਹੈ 18 ਸਾਲ ਤੋਂ ਬਾਅਦ ਹਰੇਕ ਬਾਲਗ ਨੂੰ ਹੁੰਦਾ ਹੈ ਜੀ ਵਿਰੋਧੀ ਦਲ ਸੰਸਦ ਵਿੱਚ ਸਰਕਾਰ ਦੀ ਆਲੋਚਨਾ ਹੀ ਨਹੀਂ ਕਰਦਾ ਸਗੋਂ ਲੋਕ ਰਾਏ ਵੀ ਬਣਾਉਂਦਾ ਹੈ ਤੇ ਬਿਲਕੁਲ ਸਹੀ ਹੈ ਜੀ ਤੇ ਆ ਹੁਣ ਸੁਣਾ ਆਪਾਂ ਨੈਕਸਟ ਲਿਖਦੇ ਹਾਂ ਜੀ ਨੈਕਸਟ ਆਪਣੇ ਕੋ ਛੋਟੇ ਉਤਨਾ ਵੱਡੇ ਪ੍ਰਸ਼ਨ ਜੋ ਹਨ ਤੇ ਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਉਹਨਾਂ ਦੇ ਆਨਸਰ ਦੇਖਦੇ ਹਾਂ ਜੀ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਧਰਤੀ ਦੇ ਮੈਂਟਲ ਭਾਗ ਬਾਰੇ ਲਿਖੋ ਧਰਤੀ ਦੀ ਉਪਰਲੀ ਪਰਤ ਦੇ ਹੇਠਾਂ ਮੈਂਟਲ ਭਾਗ ਹੈ ਇਸ ਦੀ ਔਸਤ ਮੋਟਾਈ 2900 ਕਿਲੋਮੀਟਰ ਹੈ ਹੁਣ ਇਹ ਜੋ ਕੁਸ਼ਨ ਹੈ ਆਪਣੇ ਕੋ ਭਾਗ ਐਡ ਇਹਦਾ ਕੁਸ਼ਨ ਹੈ ਜੀ ਧਰਤੀ ਦੇ ਕਿੰਨੇ ਖੋਲ ਹਨ ਇਹਨਾਂ ਦੇ ਨਾਮ ਦੱਸਣੇ ਹਨ ਧਰਤੀ ਦੀਆਂ ਤਿੰਨ ਪਰਤਾਂ ਹਨ ਜੀ ਥਲ ਮੰਡਲ ਮੈਂਟਲ ਅਤੇ ਕੇਂਦਰੀ ਭਾਗ ਇਹਨਾਂ ਨੂੰ ਕਰਮਵਾਰ ਸਿਆਲ ਸੀਮਾ ਤੇ ਨਾਈਫ ਕਿਹਾ ਜਾਂਦਾ ਹੈ ਅਗਲਾ ਕੁਸ਼ਨ ਹੈ ਜੀ ਮਨੁੱਖ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਨੁਕਾ ਵਾਤਾਵਰਨ ਨੂੰ ਕਈ ਢੰਗਾਂ ਨਾਲ ਪ੍ਰਭਾਵਿਤ ਕਰਦਾ ਹੈ ਖੇਤੀ ਕਰਨ ਅਤੇ ਰਹਿਣ ਲਈ ਜ਼ਮੀਨ ਪ੍ਰਾਪਤ ਕਰਨ ਲਈ ਜੰਗਲਾਂ ਨੂੰ ਕੱਟ ਕੇ ਉਸ ਤਾਂ ਨਦੀਆਂ ਤੇ ਬੰਨ ਬਣਾ ਕੇ ਉਹਨਾਂ ਦੇ ਪਾਣੀ ਨੂੰ ਨਹਿਰਾਂ ਦੁਆਰਾ ਖੁਸ਼ਕ ਮਾਰੂਥਲਾਂ ਵਿੱਚ ਲਿਜਾ ਕੇ ਖਣਿਜ ਪ੍ਰਾਪਤ ਕਰਨ ਲਈ ਖਾਣਾ ਪੁੱਟ ਕੇ ਉਦਯੋਗਿਕ ਖੇਤਰਾਂ ਦਾ ਵਿਕਾਸ ਕਰਕੇ ਸਵਾਲ ਕੁਛ ਹੈ ਜੀ ਮੁਹੰਮਦ ਗਜਨਵੀ ਨੇ ਭਾਰਤ ਤੇ ਹਮਲੇ ਕਿਉਂ ਕੀਤੇ ਮੁਹੰਮਦ ਗਜਨਵੀ ਗਜਨੀ ਰਾਜ ਦੇ ਸ਼ਾਸਕ ਸਬਕ ਤਗੀਨ ਦਾ ਪੁੱਤਰ ਸੀ ਉਸਨੇ ਭਾਰਤ ਤੇ 17 ਹਮਲੇ ਕੀਤੇ ਇਨ੍ਹਾਂ ਹਮਲਿਆਂ ਦਾ ਮੁੱਖ ਉਦੇਸ਼ ਭਾਰਤ ਦੇ ਧਨ ਨੂੰ ਲੁੱਟਣਾ ਸੀ ਜੀ ਮੁਹੰਮਦ ਗੋਰੀ ਨੇ ਭਾਰਤ ਦੇ ਉੱਪਰ ਹਮਲਾ ਕਿਉਂ ਕੀਤਾ ਮੁਹੰਮਦ ਗੋਰੀ ਅਫਗਾਨਿਸਤਾਨ ਵਿੱਚ ਗੌਰ ਵੰਸ਼ ਨਾਲ ਸੰਬੰਧ ਰੱਖਦਾ ਸੀ ਉਸਦੇ ਰਾਜ ਵਿੱਚ ਆਧੁਨਿਕ ਅਫਗਾਨਿਸਤਾਨ ਦੇ ਗਜਨੀ ਅਤੇ ਹਰਾਤ ਵਿਚਾਰੇ ਦੇ ਖੇਤਰ ਸ਼ਾਮਿਲ ਸਨ ਉਸਨੇ ਭਾਰਤ ਤੇ ਹਮਲਾ ਦੇ ਉਦੇਸ਼ ਸਿਰਫ ਭਾਰਤ ਦੇ ਧਨ ਨੂੰ ਲੁੱਟਣਾ ਹੀ ਨਹੀਂ ਸੀ ਉਹ ਭਾਰਤ ਵਿੱਚ ਮੁਗਲ ਮੁਸਲਮ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਕੁਛ ਇਹ ਹੈ ਜੀ ਮੁਗਲਾਂ ਦੀ ਭੂਮੀ ਲਗਾਨ ਪ੍ਰਣਾਲੀ ਤੋਂ ਕੀ ਭਾਵ ਹੈ? ਭੂਮੀ ਕਰ ਮੁਗਲ ਸਾਮਰਾਜ ਦੀ ਆਮਦਨ ਦਾ ਮੁੱਖ ਸਰੋਤ ਸੀ। ਅਕਬਰ ਨੇ ਲਗਾਨ ਮੰਤਰੀ ਰਾਜਾ ਟੋਡਰਮਲ ਦੀ ਸਹਾਇਤਾ ਨਾਲ ਲਗਾਨ ਵਿਭਾਗ ਵਿੱਚ ਸੁਧਾਰ ਕੀਤੇ। ਇਨ੍ਹਾਂ ਸੁਧਾਰਾਂ ਦੇ ਮੁੱਖ ਪੱਖ ਹੇਠ ਲਿਖੇ ਸਨ। ਉਮੀਦਾ ਮਾਪੂਮੀ ਦਾ ਵਿਗਿਆ ਵਿੱਚ ਮਾਫ ਕੀਤਾ ਗਿਆ। ਭੂਮੀ ਦੀ درجہਬੰਦੀ। ਅਕਬਰ ਨੇ ਸਾਰੀ ਭੂਮੀ ਨੂੰ ਹੇਠ ਲਿਖੇ ਚਾਰ ਭਾਗਾਂ ਦੇ ਵਿੱਚ ਵੰਡਿਆ। ਪਹਿਲਾ ਹੈ ਜੀ ਪੋਲਸ ਭੂਮੀ। ਇਹ ਬਹੁਤ ਹੀ ਉਪਜਾਊ ਭੂਮੀ ਸੀ। ਇਸ ਵਿੱਚ ਕਿਸੇ ਵੀ ਸਮੇਂ ਕੋਈ ਵੀ ਫਸਲ ਬੀਜੀ ਜਾ ਸਕਦੀ ਸੀ। ਪ੍ਰਤੀ ਭੂਮੀ ਇਸ ਭੂਮੀ ਵਿੱਚ ਇੱਕ ਜਾਂ ਦੋ ਸਾਲ ਬਾਅਦ ਫਸਲ ਬੀਜੀ ਜਾਂਦੀ ਸੀ। ਸ਼ਸ਼ਰ ਭੂਮੀ ਇਸ ਭੂਮੀ ਵਿੱਚ 3 ਜਾਂ 4 ਸਾਲ ਬਾਅਦ ਫਸਲ ਬੀਜੀ ਜਾਂਦੀ ਸੀ ਤੇ ਅਗਲੀ ਹੈ ਜੇ ਆਪਣੇ ਕੋ ਬੰਜਰ ਭੂਮੀ ਇਸ ਭੂਮੀ ਵਿੱਚ 5 ਜਾਂ 6 ਸਾਲਾਂ ਬਾਅਦ ਫਸਲ ਬੀਜੀ ਜਾਂਦੀ ਸੀ ਭੂਮੀਕਰ ਪਲੌਜ਼ ਅਤੇ ਪ੍ਰਤੀ ਕਿਸਮ ਦੀ ਭੂਮੀ ਦੇ ਸਰਕਾਰ ਉਪਜ ਤੇ 1/3 ਭਾਗ ਲਗਾਨ ਦੇ ਰੂਪ ਵਿੱਚ ਲੈਂਦੀ ਸੀ ਸ਼ਸ਼ਰ ਅਤੇ ਬੰਜਰ ਭੂਮੀ ਤੋਂ ਉਪਜ ਬਹੁਤ ਘੱਟ ਭਾਗ ਲਗਾਨ ਦੇ ਰੂਪ ਵਿੱਚ ਮੋੜਾ ਕੁਐਸਚਨ ਹੈ ਜੀ ਲੋਕਤੰਤਰ ਦੇ ਵਿੱਚ ਲੋਕਮਤ ਦਾ ਕੀ ਮਹੱਤਵ ਹੈ ਲੋਕਮਤ ਤੋਂ ਭਾਵ ਹੈ ਲੋਕਾਂ ਦੀ ਇੱਛਾ ਤੋਂ ਲੋਕਤੰਤਰ ਵਿੱਚ ਨੀਤੀਆਂ ਦਾ ਨਿਰਮਾਣ ਲੋਕਮਤ ਦੇ ਆਧਾਰ ਤੇ ਹੀ ਹੁੰਦਾ ਹੈ ਲੋਕਮਤ ਦੀਆਂ ਉਪੇਖੀਆਂ ਕਰਨ ਵਾਲੀ ਸਰਕਾਰ ਨੂੰ ਅਗਲੀਆਂ ਚੋਣਾਂ ਵਿੱਚ ਬਦਲ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਲੋਕਤੰਤਰ ਵਿੱਚ ਲੋਕਮਤ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਅਗਲਾ ਹੈ ਜੀ ਆਪਣੇ ਕੋ ਕੁਐਸਚਨ ਚੋਣ ਪ੍ਰਕਿਰਿਆ ਦੀਆਂ ਕੋਈ ਦੋ ਸਟੇਜਾਂ ਦਾ ਵਰਣਨ ਕਰਨਾ ਹੈ ਜੀ ਪਹਿਲਾ ਹੈ ਚੋਣਾ ਦੀ ਤਰੀਕ ਦਾ ਐਲਾਨ ਸਾਡੇ ਦੇਸ਼ ਦੇ ਰਾਸ਼ਟਰਪਤੀ ਜਾਂ ਰਾਜਾਂ ਵਿੱਚ ਰਾਜਪਾਲ ਲੋਕਾਂ ਲਈ ਚੋਣਾਂ ਦਾ ਆਦੇਸ਼ ਜਾਰੀ ਕਰਦੇ ਹਨ ਇਸ ਦੇ ਆਧਾਰ ਤੇ ਚੋਣ ਕਮਿਸ਼ਨ ਚੋਣਾਂ ਦੀ ਤਰੀਕ ਦਾ ਐਲਾਨ ਕਰਦੇ ਹਨ ਜੀ ਅਗਲਾ ਹੈ ਜੀ ਆਪਣੇ ਕੋ ਉਮੀਦਵਾਰਾਂ ਦੀ ਚੋਣ ਵੱਖ-ਵੱਖ ਰਾਜਨੀਤਿਕ ਦਲ ਆਪਣੇ ਉਹਨਾਂ ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਹਨ ਜਿਹੜੇ ਉਹਨਾਂ ਦੇ ਵਿਚਾਰ ਵਿੱਚ ਕਿਸੇ ਨਾਲ ਵਿਸ਼ੇਸ਼ ਖੇਤਰ ਤੋਂ ਜਿੱਤ ਸਕਦੇ ਹਨ ਕਦੇ-ਕਦੇ ਸੁਤੰਤਰ ਉਮੀਦਵਾਰ ਵੀ ਖੜੇ ਹੋ ਜਾਂਦੇ ਹਨ ਅਤੇ ਰਾਜਨੀਤਿਕ ਤਲਾ ਉਹਨਾਂ ਨੂੰ ਸਹਾਇਤਾ ਕਰਦੇ ਹਨ ਧਰਤੀ ਤੇ ਮਿੱਟੀ ਦੀ ਕੀ ਮਹੱਤਤਾ ਹੈ ਇਸ ਦੇ ਬਾਰੇ ਲਿਖੋ ਮਿੱਟੀ ਇੱਕ ਬਹੁਤ ਹੀ ਮਹੱਤਵਪੂਰਨ ਭੂਮੀ ਸਾਧਨ ਹੈ ਮਿੱਟੀ ਦੀ ਉਪਜਾਊ ਸ਼ਕਤੀ ਕਾਰਨ ਹੀ ਇਸ ਦਾ ਮਹੱਤਵ ਮਤਵ ਹੈ ਉਪਜਾਊ ਮਿੱਟੀ ਦਾ ਮੁਖ ਮਨੁੱਖ ਨੂੰ ਆਪਣੇ ਵੱਲ ਖਿੱਚਦੀ ਹੈ ਕਿ ਉੱਥੇ ਮਨੁੱਖ ਨੂੰ ਭੋਜਨ ਦੀਆਂ ਵਸਤੂਆਂ ਇਸੇ ਤੋਂ ਪ੍ਰਾਪਤ ਹੁੰਦੀਆਂ ਹਨ ਇਸ ਕਾਰਨ ਹੀ ਮਨੁੱਖ ਸ਼ੁਰੂ ਤੋਂ ਹੀ ਉਪਜਾਊ ਧਰਤੀਆਂ ਤੇ ਰਹਿਣਾ ਪਸੰਦ ਕਰਦਾ ਰਿਹਾ ਹੈ। ਪ੍ਰਾਚੀਨ ਸਭਿਅਤਾਵਾਂ ਦਾ ਜਨਮ ਅਤੇ ਵਿਕਾਸ ਵੀ ਸੰਸਾਰ ਦੀਆਂ ਉਪਜਾਊ ਨਦੀਆਂ ਘਾਟੀਆਂ ਦੇ ਵਿੱਚ ਹੋਇਆ ਹੈ। ਇਸ ਵਿੱਚ ਸਿੰਧ, ਨੀਲ, ਦਜਲਾ, ਫਰਾਤ, ਯੰਗਸੀ ਘਾਟੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਅੱਜ ਵੀ ਉਪਜਾਊ ਨਦੀ ਘਾਟੀਆਂ ਤੇ ਮੈਦਾਨਾਂ ਵਿੱਚ ਹੀ ਸੰਗਣੀ ਜਨਸੰਖਿਆ ਪਾਈ ਜਾਂਦੀ ਹੈ। ਭਾਰਤ ਆਪਣੀ ਉਪਜਾਊ ਮਿੱਟੀ ਦੇ ਕਾਰਨ ਹੀ ਇੰਨੀ ਵੱਡੀ ਜਨਸੰਖਿਆ ਵਿੱਚ ਭੋਜਨ ਪੈਦਾ ਕਰਨ ਵਿੱਚ ਸਮਰੱਥ ਹੋ ਸਕਿਆ ਹੈ। ਪਹਿਲਾ ਕੁਸ਼ਨ ਹੈ ਜੀ ਵਾਯੂ ਮੰਡਲ ਵਿੱਚ ਓਜ਼ੋਨ ਗੈਸ ਕਿੱਥੇ ਪਾਈ ਜਾਂਦੀ ਹੈ ਤੇ ਇਸ ਦੀ ਕੀਮਤ ਹੈ? ਵਾਯੂ ਮੰਡਲ ਵਿੱਚ ਓਜ਼ੋਨ ਗੈਸ ਸਮਤਾਪ ਮੰਡਲ ਵਿੱਚ ਪਾਈ ਜਾਂਦੀ ਹੈ। ਮਹੱਤਤਾ ਕੀ ਹੈ ਜੀ ਓਜ਼ੋਨ ਗੈਸ ਇੱਕ ਬਹੁਤ ਹੀ ਮਹੱਤਵਪੂਰਨ ਗੈਸ ਹੈ। ਇਹ ਗੈਸ ਸੂਰਜ ਤੋਂ ਆਉਣ ਵਾਲੀਆਂ ਵਰਾ ਬੈਂਗਣੀ ਕਿਰਨਾਂ ਨੂੰ ਜੋ ਕਿ ਜੀਵ ਜਗਤ ਲਈ ਹਾਨੀਕਾਰਕ ਹੁੰਦੀਆਂ ਹਨ ਆਪਣੇ ਅੰਦਰ ਸਮਾ ਲੈਂਦੀ ਹੈ ਓਜ਼ੋਨ ਗੈਸ ਕਾਰਨ ਹੀ ਸੂਰਜ ਤੋਂ ਆਉਣ ਵਾਲੀਆਂ ਗਰਮੀ ਸਮਤਾਪ ਮੰਡਲ ਵਿੱਚ ਹੀ ਰਹਿ ਜਾਂਦੀਆਂ ਹਨ ਇਸ ਲਈ ਪ੍ਰithvi ਤੇ ਤਾਪਮਨ ਬਹੁਤ ਜ਼ਿਆਦਾ ਨਹੀਂ ਵੱਧਦਾ ਸੁਣੋ ਅਗਲਾ ਕੁਸ਼ਨ ਹੈ ਜੀ ਭਾਰਤੀ ਮੁਸਲਿਮ ਭਵਨ ਨਿਰਮਾਣ ਕਲਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ਜੀ ਤੇ ਆਓ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਹਨ ਜੀ ਇਹ ਸ਼ੈਲੀ ਤੁਰਕ, ਅਫਗਾਨ ਅਤੇ ਭਾਰਤੀ ਸ਼ੈਲੀਆਂ ਦਾ ਮਿਸ਼ਰਣ ਸੀ। ਇਸ ਸ਼ੈਲੀ ਦੀਆਂ ਅਨੇਕ ਮਸਜਿਦਾਂ ਅਤੇ ਮਕਬਰੇ ਬਣਾਏ ਗਏ। ਨੁਕੀਲੇ ਮਹਿਰਾਬ, ਮਿਨਾਰ ਅਤੇ ਗੁਬੰਦ ਇਸ ਸ਼ੈਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਇਹ ਭਵਨਾਂ ਦੀਆਂ ਦੀਵਾਰਾਂ ਤੇ ਪਵਿੱਤਰ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ। ਅਲਾਉਦੀਨ ਖਿਲਜੀ ਦੇ ਕਾਲ ਵਿੱਚ ਬਣੇ ਇਲਾਹੀ ਦਰਵਾਜ਼ੇ ਵਿੱਚ ਲਾਲ ਪੱਥਰ ਅਤੇ ਸਫੇਦ ਸੰਗਮਰਮਰ ਦਾ ਪ੍ਰਯੋਗ ਕੀਤਾ ਗਿਆ ਹੈ। ਕਈ ਇਮਾਰਤਾਂ ਵਿੱਚ ਸਤੰਭਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ ਜੀ ਅਗਲਾ ਕੁਸ਼ਣ ਹੈ ਜੀ ਬਾਬਰ ਦੀਆਂ ਜਿੱਤਾਂ ਦੇ ਵਿਸ਼ੇ ਵਿੱਚ ਤੁਸੀਂ ਕੀ ਜਾਣਦੇ ਹੋ ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ ਉਹ ਦੌਲਤ ਖਾਨ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾंगा ਦੇ ਸੱਦੇ ਤੇ ਮਾਦੇਸ਼ੀਆ ਤੋਂ ਭਾਰਤ ਆਇਆ ਸੀ ਬਾਬਰ ਦੀਆਂ ਜਿੱਤਾਂ ਪਹਿਲਾ ਹੈ ਜੀ ਆਪਣੇ ਕੋ ਬਾਬਰ ਨੇ 1526 ਈਸਵੀ ਵਿੱਚ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਕੇ ਦਿੱਲੀ ਅਤੇ ਆਗਰਾ ਦੇ ਉੱਤੇ ਕਬਜ਼ਾ ਕਰ ਲਿਆ। ਬਾਬਰ ਨੇ Rajput ਸਰਦਾਰ ਰਾਣਾ ਸੰਗਾ ਨੂੰ 1527 ਈਸਵੀ ਵਿੱਚ ਕਾਨਵਾ ਦੀ ਲੜਾਈ ਵਿੱਚ ਹਰਾ ਕੇ ਉੱਤਰ ਭਾਰਤ ਦੇ ਅਧਿਕਾਰ ਕਰ ਲਿਆ ਸੀ। 1529ਵੀਂ ਵਿੱਚ ਬਾਬਰ ਨੇ ਘਾਗਰਾ ਦੀ ਲੜਾਈ ਵਿੱਚ ਅਫਗਾਨਾਂ ਨੂੰ ਵੀ ਬੁਰੀ ਤਰ੍ਹਾਂ ਹਰਾਇਆ ਸਿੱਟੇ ਵਜੋਂ ਬਾਬਰ ਦੀ ਭਾਰਤ ਵਿੱਚ ਸਥਿਤੀ ਕਾਫੀ ਮਜ਼ਬੂਤ ਹੋ ਗਈ 1530ਵੀਂ ਵਿੱਚ ਬਾਬਰ ਦੀ ਮੌਤ ਹੋ ਗਈ ਤੇ ਉਸ ਦਾ ਪੁੱਤਰ ਹਿਮਾਉ ਹਿਮਾਉ ਉਸ ਦਾ ਉੱਤਰਦਿਕਾਰੀ ਨਿਯੁਕਤ ਹੋਇਆ 라 ਕੁਐਸਨ ਹੈ ਜੀ ਲੋਕਤੰਤਰ ਵਿੱਚ ਚੋਣਾਂ ਦਾ ਕੀ ਮਹੱਤਵ ਹੈ ਚੋਣਾਂ ਲੋਕਤੰਤਰ ਦਾ ਆਧਾਰ ਹਨ ਲੋਕਤੰਤਰ ਵਿੱਚ ਇਹਨਾਂ ਦੀ ਹੀਟ ਲਿਖਿਆ ਮਹੱਤਵ ਹੈ ਸਾਰੇ ਨਾਗਰਿਕ ਰਾਜ ਪ੍ਰਬੰਧ ਨੂੰ ਇੱਕ ਸਾਥ ਚਲਾ ਨਹੀਂ ਸਕਦੇ ਇਸ ਲਈ ਉਹਨਾਂ ਨੂੰ ਪ੍ਰਤੀਨਿਧੀ ਚੁਣਨੇ ਪੈਂਦੇ ਹਨ ਜੋ ਕਿ ਚੋਣਾਂ ਦੁਆਰਾ ਚੁਣੇ ਜਾਂਦੇ ਹਨ ਚੋਣਾਂ ਦੁਆਰਾ ਹੀ ਲੋਕ ਸਰਕਾਰ ਨੂੰ ਬਦਲ ਸਕਦੇ ਹਨ ਚੋਣਾਂ ਦੁਆਰਾ ਹੀ ਕਾਰਜਪਾਲਿਕਾ ਬਣਦੀ ਹੈ ਚੋਣਾਂ ਦੁਆਰਾ ਸ਼ਾਸਨ ਪ੍ਰਣਾਲੀ ਵਿੱਚ ਸਥਿਰਤਾ ਆਉਂਦੀ ਹੈ ਸੱਚ ਤਾਂ ਇਹ ਹੈ ਕਿ ਚੋਣਾਂ ਦੀ ਘਾਟ ਵਿੱਚ ਲੋਕਤੰਤਰ ਸੰਭਵ ਨਹੀਂ ਹੈ ਇਸ ਦੇ ਵਿੱਚ ਦੇਖੋ ਸਾਨੂੰ ਆਪਣੇ ਕੋਲ ਕੀ ਹੈ ਜੀ ਸਰੋਤ ਅਧਾਰਿਤ ਪ੍ਰਸ਼ਨ ਹਨ ਜੀ ਤੇ ਇਸ ਪੈਰਾਗ੍ਰਾਫ ਨੂੰ ਪਹਿਲਾਂ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਲੈਣਾ ਹੈ ਜੀ ਤੇ ਇਸ ਦੇ ਵਿੱਚ ਦੇਖੋ ਜੀ ਦੁਪਹਿਰ ਦਾ ਭੋਜਨ ਪ੍ਰੋਗਰਾਮ ਕੀ ਹੈ ਤੇ ਇਹ ਦੇਖੋ ਜੀ ਦੁਪਹਿਰ ਦਾ ਜੋ ਪ੍ਰੋਗਰਾਮ ਭੋਜਨ ਪ੍ਰੋਗਰਾਮ ਕੀ ਹੈ ਜੀ ਇਸ ਯੋਜਨਾ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਬੱਚਿਆਂ ਨੂੰ ਪਕਾਇਆ ਹੋਇਆ ਦੁਪਹਿਰ ਦਾ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ ਜੀ ਇਹ ਪਹਿਲੇ ਦਾ ਆਨਸਰ ਆਪਣੇ ਕੋ ਆ ਗਿਆ ਹੈ ਜੀ ਦੂਸਰਾ ਦੇਖੋ ਆਪਣੇ ਕੋ ਕੀ ਹੈ ਜੀ ਕਿਸ ਰਾਜ ਬੱਚਿਆਂ ਲਈ ਕਿਹੜਾ ਰਾਜ ਬੱਚਿਆਂ ਲਈ ਦੁਪਹਿਰ ਦਾ ਖਾਣਾ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਸੀ ਤੇ ਉਹ ਦੇਖੋ ਜੀ ਆਪਣੇ ਕੋ ਨਾਮ ਲਿਖਿਆ ਹੋਇਆ ਹੈ ਇਸ ਦੇ ਵਿੱਚ ਤਾਮਿਲਨਾਡੂ ਅਗਲਾ ਹੈ ਜੀ ਆਪਣੇ ਕੋ ਕੁਸ਼ਨ ਹੈ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਦੁਪਹਿਰ ਦਾ ਖਾਣਾ ਸਕੀਮ ਦੇ ਕੀ ਕੀ ਫਾਇਦੇ ਹਨ ਇਸ ਦੇ ਕਿਹੜੇ-ਕਿਹੜੇ ਫਾਇਦੇ ਨੂੰ ਆਪਾਂ ਦੇਖਣੇ ਹਨ ਵਿੱਚੋਂ ਲੱਭ ਕੇ ਜੀ ਦੇ ਦੇ ਕੋ ਆਪਾਂ ਨੂੰ ਕਿਹੜੇ ਕਿਹੜੇ ਫਾਇਦੇ ਵਿੱਚ ਲਿਖੇ ਮਿਲਦੇ ਹਨ ਜੀ ਇੱਕ ਹੈ ਕਿ ਬੱਚਿਆਂ ਦੀ ਹਾਜ਼ਰੀ ਦੇ ਵਿੱਚ ਸੁਧਾਰ ਹੋਇਆ ਉਸ ਦੇ ਵਿੱਚ ਆਪਣੇ ਕੋ ਫਿਰ ਲਿਖਣਾ ਹੈ ਜੀ ਅ ਇਸ ਦੇ ਨਾਲ ਇਸ ਦੇ ਨਾਲ ਇਹ ਵੀ ਜਾਤੀ ਭੇਦਭਾਦ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ ਇਸ ਨੇ ਜੀ ਤੇ ਹੋਰ ਆਪਣੇ ਕੋ ਆ ਸਕਦਾ ਹੈ ਇਸ ਦਾ ਵੀ ਆਏਗਾ ਇਹ ਤੱਤ ਸਾਹਮਣੇ ਆਇਆ ਹੈ ਕਿ ਬਧੇਰੇ ਗਰੀਬ ਵਿਦਿਆਰਥੀਆਂ ਬੱਚਾ ਨੇ ਸਕੂਲਾਂ ਵਿੱਚ ਦਾਖਲਾ ਲੈਣਾ ਸ਼ੁਰੂ ਕਰ ਦਿੱਤਾ ਹੈ ਤੇ ਨਿਯਮਿਤ ਤੌਰ ਤੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ ਇਹ ਤੁਸੀਂ ਤਿੰਨ ਪੁਆਇੰਟ ਬਣਾ ਕੇ ਇਸਦੇ ਲਿਖ ਦੇਣੇ ਹਨ ਜੀ ਤੇ ਆਓ ਆਪਾਂ ਨੈਕਸਟ ਲਿਖਦੇ ਹਾਂ ਨੈਕਸਟ ਆਪਣੇ ਕੋ ਖਾਲੀ ਥਾਂਵਾਂ ਹਨ ਜੀ ਡੈਸ਼ ਨੇ ਸਰਕਾਰੀ ਸਾਰੀਆਂ ਰਾਜ ਸਰਕਾਰਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਆਪਣੇ ਸਕੂਲਾਂ ਵਿੱਚ ਪ੍ਰੋਗਰਾਮ ਸ਼ੁਰੂ ਕਰਨ ਲਈ ਕਿਹਾ ਕਿਸ ਨੇ ਕਿਹਾ ਸੀ ਜੀ ਪੈਰਾਗ੍ਰਾਫ ਦੇ ਵਿੱਚ ਲਿਖਿਆ ਹੋਇਆ ਸੁਪਰੀਮ ਕੋਰਟ ਇਸ ਦਾ ਆਨਸਰ ਆ ਜਾਏਗਾ ਪੈਰਾਗ੍ਰਾਫ ਇਸਦੇ ਵਿੱਚ ਆ ਜਾਏਗਾ ਫਿਲ ਇਨ ਦੀ ਬਲੈਂਕ ਦੇ ਵਿੱਚ ਸੁਪਰੀਮ ਕੋਰਟ ਅਗਲਾ ਹੈ ਜੀ ਆਪਣੇ ਕੋ ਦੁਪਹਿਰ ਦਾ ਖਾਣਾ ਯੋਜਨਾ ਡੈਸ਼ ਅਨੁਸਾਰ ਡੈਸ਼ ਵਿੱਚ ਬੱਚਿਆਂ ਨੂੰ ਪਕਾਇਆ ਹੋਇਆ ਦੁਪਹਿਰ ਦਾ ਖਾਣਾ ਪ੍ਰਦਾਨ ਕੀਤਾ ਜਾਂਦਾ ਹੈ ਇਸ ਡੈਸ਼ ਦੀ ਜਗ੍ਹਾ ਤੇ ਆ ਜਾਏਗਾ ਆਪਣੇ ਕੋ ਸਰਕਾਰੀ ਐਲੀਮੈਂਟਰੀ ਸਕੂਲ ਇਸ ਦੇ ਵਿੱਚ ਕੀ ਆਏਗਾ ਜੀ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਵਿੱਚ ਆਓ ਜੀ ਨੈਕਸਟ ਦੇਖਦੇ ਹਾਂ ਨੈਕਸਟ ਆਪਣੇ ਕੋ ਸਹੀ ਗਲਤ ਹੈ ਜੀ ਸਕੂਲ ਵਿੱਚ ਦੁਪਹਿਰ ਦਾ ਖਾਣਾ ਮਹੱਈਆ ਕਰਵਾਉਣ ਨਾਲ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਸੁਧਾਰ ਨਹੀਂ ਹੋਇਆ ਹੈ ਇਹ ਆਪਣੇ ਕੋ ਗਲਤ ਹੈ ਜੀ ਕونکہ ਸੁਧਾਰ ਹੋਇਆ ਹੈ ਇਸ ਪ੍ਰੋਗਰਾਮ ਨੇ ਜਾਤੀ ਭੇਦਭਾਵ ਨੂੰ ਘਟਾਉਣ ਵਿੱਚ ਮਦਦ ਕੀਤੀ ਹੈ ਇਹ ਬਿਲਕੁਲ ਸਹੀ ਹੈ ਜੀ ਤੇ ਹੁਣ ਸੋਣ ਜਿਹੜੇ ਆਪਣੇ ਕੋਈ ਕੁਐਸਚਨ ਰਹਿ ਗਏ ਹਨ ਆਪਣੇ ਕੋਲ ਮੈਪ ਵਾਲਾ ਕੁਐਸਚਨ ਹੈ ਤੇ ਜਿਹੜੇ ਕੁਐਸਚਨ ਰਹਿ ਗਏ ਹਨ ਉਹ ਤੁਹਾਨੂੰ ਜਲਦੀ ਹੀ ਜੋ ਦੂਸਰੀ ਵੀਡੀਓ ਉਸ ਦੇ ਵਿੱਚ ਮਿਲ ਜਾਣਗੇ